ਜਜਮੈਂਟ ਜਿਹੜੀ ਹੈ ਉਹ ਜ਼ਰੂਰ ਦੇਖ ਲੈਣਾ, 7 ਮੈਂਬਰ ਜਜਮੈਂਟ ਹੈ ਔਰ ਜੀ ਇਹ ਆਪਣਾ ਸ਼ੋ ਮੋਟੋ ਹੈਗਾ ਨੰਬਰ 4 ਆਫ 2010 ਰਿਪੋਰਟਡ ਹੈ ਸਰ ਇਹ 7 ਮੈਂਬਰ ਜਜਮੈਂਟ 2012 ਸੁਪਰੀਮ ਕੋਰਟ 553 ਉੱਤੇ। ਅੱਛਾ ਜੀ, ਠੀਕ ਹੈ ਨਾ ਜੀ, ਮੈਂ ਦੇਖ ਲੈਣਾ। ਜਿਹੜਾ ਵੀ ਵਕੀਲ ਤੁਹਾਡਾ ਕਰ ਰਿਹਾ ਕਹਿਣਾ ਜਰਾ ਦੇਖ ਲੈਣਾ ਉਹਦੇ ਚ ਹੈਗਾ ਕਿ ਵੀ ਅਗਰ ਚਲੋ ਪਰ ਤੁਸੀਂ ਪੜੋਗੇ ਤਾਂ ਮੈਂ ਉਹ ਵੀ ਦੇਖ ਲਿੱਤੀ ਇਹਦੀ ਜਜਮੈਂਟ ਜਿਹੜੀ 7 ਮੈਂਬਰ ਬੈਂਚ ਹੈਗੀ ਹੈ ਜਿਹਦੇ ਚ ਉਹਨਾਂ ਨੇ ਕਿਹਾ ਕਿ ਜਦ ਤੱਕ ਐਕਟ ਨਹੀਂ ਬਣਦਾ ਉਹਦਾ ਤੁਸੀਂ ਜਿਹੜਾ ਗੌਰ ਪੜੋ ਤੇ ਉਹਨਾਂ ਦਾ ਕਲੌਸ 3 ਹਾਈ ਨੋਟ ਦਾ ਲਿਖੇ ਉੱਥੇ ਉਹਨਾਂ ਨੇ ਰਸਤਾ ਵੀ ਦਿੱਤਾ ਹੋਇਆ ਮੈਂ ਤੁਸੀਂ ਦੇਖ ਲੈਣਾ ਮੇਰਾ ਜੀ। ਸਰ ਮੈਂ ਦੇਖਿਆ ਹੈ ਉਹ ਵੀ ਫਿਰ ਸਾਡੇ ਕੋਲ ਵੇ ਆਊਟ ਹੈ ਅਗਰ ਕੋਈ ਕੋਈ ਬੰਦਾ ਤਿਆਰ ਹੋਵੇ ਤੁਹਾਡਾ ਮੁਨੀਰ ਅਹਿਮਦ ਖਾਨ ਵਾਲਿਆਂ ਨੇ ਇਸਤੇਮਾਲ ਕਰ ਲਓ ਇਸ ਕੰਟੈਂਪਟ ਆਫ ਕੋਰਟ ਦਾ ਬਿਲਕੁਲ ਕਲੀਅਰ ਕੇਸ ਹੈਗਾ ਜੋ ਕੁਛ ਹੋਇਆ ਆਜ਼ਾਦ ਜੰਮੂ ਕਸ਼ਮੀਰ ਉਹਦੇ ਬਾਅਦ ਤੇ ਕੋਈ ਮੇਰੇ ਹਰ ਜੀ ਵੀ ਆਰ ਜਸਟ ਵੇਟਿੰਗ ਫਾਰ ਦੀ ਐਮਏ ਹੁਣੇ ਆਰਡਰ ਕਰਦੇ ਪਏ ਨੇ ਉਹ 3 ਮੈਂਬਰ ਬੈਂਚ ਸ਼ਾਇਦ ਅਨਦਰ ਹਾਫ ਐਨ ਆਰ 1 ਆਰ ਐਂਡ ਵੀ ਆਰ ਫਾਈਲਿੰਗ ਅ ਕੰਟੈਂਪਟ ਐਪਲੀਕੇਸ਼ਨ ਫਾਈਲ ਹੋ ਰਹੀ ਹੈ। ਚਲ ਠੀਕ, ਥੈਂਕ ਯੂ ਸਰ।